ਅਸਲਾਮ ਅਲੈਕਮ ਨਾਜ਼ਰੀਨ, ਮੈਂ ਹਾਂ ਸਰਦਾਰ ਕਮਾਲ ਅਤੇ ਤੁਸੀਂ ਵੇਖ ਰਹੇ ਹੋ ਸਰਦਾਰ ਕਮਾਲ ਆਫੀਸ਼ੀਅਲ ਚੈਨਲ। ਅੱਜ ਸਾਡੇ ਸਟੂਡੀਓ 'ਚ ਸਾਡੀ ਜਿਹੜੀ ਮਹਿਮਾਨ ਨੇ, ਇੱਕ ਮੁਹਤਰਮਾ, ਇੱਕ ਖਾਤੂਨ, ਜਿਹੜੇ ਬੱਸ ਹੋਸਟਸ ਨੇ, ਬੱਸ ਦੇ ਵਿੱਚ ਦੌਰਾਨ ਸਫ਼ਰ ਇਹਨਾਂ ਨਾਲ ਕੀ ਕੀ ਪਰੇਸ਼ਾਨੀਆਂ ਹੁੰਦੀਆਂ ਨੇ, ਕਿਸ ਤਰ੍ਹਾਂ ਲੋਕ ਇਹਨਾਂ ਨਾਲ ਬਿਹੇਵ ਕਰਦੇ ਨੇ, ਕਿਉਂਕਿ ਇਹ ਵੀ ਕਿਸੇ ਦੀਆਂ ਬੇਟੀਆਂ ਨੇ, ਭੈਣਾਂ ਨੇ, ਧੀਆਂ ਨੇ, ਆਓ ਉਹਨਾਂ ਨੂੰ ਪੁੱਛਦੇ ਹਾਂ ਕਿ ਇਹਨਾਂ ਨੂੰ ਕਿਸ ਕਿਸ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ। ਅਸਲ ਭਾਅ ਜੀ, ਵਾਲੇਕੁਮ ਸਲਾਮ। ਭਾਅ ਜੀ, ਤੁਸੀਂ ਬੱਸ ਹੋਸਟਸ ਹੋ? ਜੀ, ਮੈਂ ਬੱਸ ਹੋਸਟਰ ਹਾਂ। ਅੱਛਾ, ਅਤੇ ਮਾਸ਼ਾਅੱਲਾ, ਇਹ ਕਦੋਂ ਦੇ ਤੁਸੀਂ ਇਸ ਪੇਸ਼ੇ ਦਾ ਮੁਨਸਲਿਕ? ਮੈਂ ਮੇਰੇ ਖਿਆਲ ਦੇ ਵਿੱਚ ਮੇਰੀ ਕਮ ਸੇ ਕਮ ਮੁਝੇ 5 ਸਾਲ ਹੋ ਗਏ ਹੈ ਇਸ ਜੋਬ ਮੈਂ। ਬੱਸ 'ਚ? ਜੀ। ਅਤੇ ਇੱਥੇ ਬੜੇ ਬੜੇ ਲੰਬੇ ਰੂਟ ਨੇ, ਅਤੇ ਤੁਸੀਂ ਲਾਹੌਰ ਦੇ ਰਹਿਣ ਵਾਲੇ? ਰੂਟ ਜਿੱਡਾ ਮਰਜ਼ੀ ਲੰਬਾ ਹੋਵੇ, ਅਸੀਂ ਸ਼ਾਮ ਨੂੰ ਲੈ ਜਾਣਾ ਹੁੰਦਾ। ਐਕਚੁਲੀ ਸਾਡੀ ਡਿਊਟੀ ਖਤਮ ਹੋ ਜਾਂਦੀ ਨਾ, ਅਸੀਂ ਲਾਹੌਰੋਂ ਫੈਸਲਾਬਾਦ, ਮੁਲਤਾਨ, ਇਧਰਲੀ ਸਾਈਡ 'ਤੇ ਅਸੀਂ ਚੱਕਰ ਲਗਾਉਣਾ ਹੁੰਦਾ। ਸਾਰੀ ਰਾਤ ਤਾਂ ਨਹੀਂ ਨਾ ਚੱਲਦੀ, ਤੁਹਾਨੂੰ ਪਤਾ। ਇੱਕ ਦਿਨ 'ਚ ਭਾਅ ਜੀ ਕਿੰਨੇ ਕੁ ਚੱਕਰ ਲੱਗ ਜਾਂਦੇ? ਇੱਕ ਦਿਨ ਦੇ ਵਿੱਚ 2 ਚੱਕਰ ਲੱਗ ਜਾਂਦੇ ਨੇ, ਅਤੇ ਬਾਕੀ ਫਿਰ ਉਹ ਅਸੀਂ ਤੀਸਰਾ ਚੱਕਰ ਲਾ ਨਹੀਂ ਸਕਦੇ, ਫਿਰ ਆਪ ਆਪਣੇ ਆਪ ਨੂੰ ਚੱਕਰ ਆਉਣ ਲੱਗ ਜਾਂਦੇ ਨੇ। ਸਾਹਿਰ ਵੀ ਬੜੀ ਮਿਹਨਤ ਵਾਲਾ ਕੰਮ ਹੈ, ਤੁਸੀਂ ਸਾਰੀ ਬੱਸ ਨੂੰ ਡੀਲ ਕਰਨਾ ਹੁੰਦਾ, ਇਹ ਵਿੱਚ ਜਿਹੜੇ ਮੁਸਾਫਰ ਬਹਿੰਦੇ ਨੇ, ਇਹ ਤੁਹਾਡਾ ਕਿਹੋ ਜਿਹਾ ਬਿਹੇਵ ਕਰਦੇ ਨੇ? ਮੈਂ ਕਈ ਵਾਰੀ ਵੀਡੀਓਜ਼ ਦੇਖੀਆਂ ਨੇ ਕਿ ਕਈ ਜਿਹੜੇ ਪੈਸੰਜਰ ਵਿੱਚ ਬੈਠੇ ਨੇ, ਉਹ ਬੱਸ ਹੋਸਟਸ ਨਾਲ ਬੜੀ ਬਦਤਮੀਜ਼ੀ ਕਰ ਰਹੇ ਹੁੰਦੇ ਨੇ, ਉਹ ਬੜੀ ਤਕਲੀਫ ਹੁੰਦੀ ਹੈ। ਦੇਖੀਏ ਨਾ, ਅਬ ਜਬ ਮੈਂ ਰਾਸਤਾ ਜੋ ਬਣਾ ਹੋਤਾ ਹੈ ਸੀਟੋਂ ਕੇ ਦਰਮਿਆਨ ਮੇਂ, ਜੀ ਜੀ, ਕੋਰੀਡੋਰ ਛੋਟਾ ਜਿਹੜਾ, ਜੀ ਜੀ, ਅੱਛਾ ਅੱਛਾ, ਉਸ ਜਬ ਮੈਂ ਗੁਜ਼ਰਤੀ ਹੂੰ ਤੋ ਵਹਾਂ ਸੇ ਮੁਝੇ ਪਤਾ ਚਲ ਜਾਤਾ ਜੇ ਕਿਸ ਇਲਾਕੇ ਕਾ ਆਦਮੀ ਹੈ। ਜਬ ਜੋ ਸੀਟ ਸੇ ਬਾਹਰ ਕੰਧਾ ਨਿਕਾਲ ਕੇ ਬੈਠ ਜਾਤੇ ਹੈ, ਮੈਂ ਗੁਜ਼ਰੂੰ ਤੋ ਉਸਕੇ ਸਾਥ ਟੱਚ ਹੋ ਜਾਊਂਗਾ, ਤੋ ਯੇ ਬੜੀ ਮੁਝੇ ਪ੍ਰੋਬਲਮ ਹੋਤੀ। ਮੇਰੇ ਕੋ ਕਹਤੇ ਹੈ ਕਿ ਪਲੀਜ਼ ਸਾਈਡ ਪੇ ਹੋ ਜਾਓ, ਕਹਤੇ ਹੈ ਆਪਕਾ ਬਿਹੇਵ ਸਹੀ ਨਹੀਂ ਹੈ, ਆਪਕੇ ਡਰਾਈਵਰਸ ਆਪਕੀ ਜੋ ਗਾੜੀ ਚਲਾ ਰਹੇ ਹੈ ਯੇ ਸਹੀ ਨਹੀਂ ਹੈ, ਤੋ ਉਸ ਪੇ ਤਰਾਜ਼ ਆ ਜਾਤੇ ਹੈ। ਤੋ ਇਸ ਲਈ ਮੈਂ ਥੋੜ੍ਹੀ ਸੀ ਇਤਿਆਤ ਕਰਤੀ ਹੂੰ, ਮੈਨੂੰ ਤੂੰ ਕਹਤੇ ਹੈ ਥੋੜ੍ਹਾ ਸਾ ਆਪ ਅੰਦਰ ਹੋ ਜਾਣ, ਨਹੀਂ ਹੋਤੇ ਅੰਦਰ, ਵੋ ਕੰਧਾ ਔਰ ਬਾਹਰ ਨਿਕਾਲਤੇ ਹੈ, ਜਬ ਮੈਂ ਗੁਜ਼ਰਤੀ ਹੂੰ ਤੋ ਮੇਰੇ ਸਾਥ ਠਕ ਠਕ ਲਗਤੇ ਹੈ ਵੋ। ਨਹੀਂ, ਤੋ ਬੁਰੀ ਗੱਲ ਹੈ ਕਿ ਇਸ ਤਰ੍ਹਾਂ? ਬਹੁਤ ਜ਼ਿਆਦਾ ਬੁਰੀ ਗੱਲ ਹੈ। ਤੁਸੀਂ ਤੇ ਹਰ ਸੀਟ ਤੇ ਜਾਂਦੇ ਹੋ? ਮੈਂ ਹਰ ਸੀਟ ਤੇ ਜਾਂਦੀ ਹਾਂ, ਮੇਰਾ ਬੱਸ ਚੱਲੇ, ਮੈਂ ਬੱਸ ਤੋਂ ਬਾਹਰ ਵੀ ਚਲੇ ਜਾਵਾਂ, ਪਤਾ ਕਿ ਮੈਂ ਆਪਣੇ ਕੰਮ ਨਾਲ ਸੰਸੀਅਰ ਹਾਂ, ਮੈਨੂੰ ਆਪਣੇ ਕੰਮ ਨਾਲ ਬੜਾ ਪਿਆਰ ਹੈ, ਮੈਨੂੰ ਇੰਨਾ ਪਿਆਰ ਹੈ ਕੰਮ ਦੇ ਨਾਲ, ਮੈਂ ਚਾਹੁੰਦੀ, ਮੈਂ ਮੇਰੇ ਜਿਹੜੇ ਮਾਲਕ ਨੇ ਮੇਰੇ ਤੋਂ ਬੜੇ ਰਾਜ਼ੀ ਨੇ, ਕਹਿੰਦੇ ਬੜੀ ਅੱਛੀ ਆਪਣੀ ਜੋਬ ਕਰਦੀ ਆ। ਨਹੀਂ ਨਹੀਂ, ਮਾਲਕ ਤਾਂ ਤੁਹਾਡੇ 'ਤੇ ਰਾਜ਼ੀ ਕਿ ਤੁਸੀਂ ਵੀ ਉਹ ਬੱਸ ਸਫ਼ਰ ਕਰਨ ਵਾਲੇ ਤੋਂ ਰਾਜ਼ੀ ਹੋ ਕਿ ਨਹੀਂ ਰਾਜ਼ੀ? ਨਹੀਂ, ਮੈਂ ਬੱਸ ਤੇ ਸਫ਼ਰ ਕਰਨ ਵਾਲੇ ਤੋਂ ਕਾਫੀ ਲੋਕਾਂ ਤੋਂ ਰਾਜ਼ੀ, ਜਿਹੜੀ ਪਰਲੀ ਸੀਟ 'ਤੇ ਬੈਠੇ ਹੁੰਦੇ ਨੇ ਸ਼ੀਸ਼ੇ ਵਾਲੀ ਸਾਈਡ 'ਤੇ, ਮੈਂ ਉਹਨਾਂ ਤੋਂ ਬੜਾ ਰਾਜ਼ੀ ਹਾਂ, ਇੱਧਰਲੇ ਜਿਹੜੇ ਬੰਦੇ ਨੇ ਨਾ ਉਹਨਾਂ ਤੋਂ ਮੈਂ ਥੋੜ੍ਹਾ ਘੱਟ ਰਾਜ਼ੀ ਹਾਂ। ਬਿਲਕੁਲ ਨੀ ਦੇਖਦੇ, ਜਿਹਨਾਂ ਦੇ ਨਾਲ ਤੇ ਫੈਮਿਲੀ ਬੈਠੀ ਹੁੰਦੀ ਨਾ, ਉਹ ਤਾਂ ਸਾਨੂੰ ਬਹੁਤ ਇੱਜ਼ਤ ਦੀ ਨਿਗਾਹ ਨਾਲ ਦੇਖਦੇ, ਜਿਹਨਾਂ ਨੇ ਨਹੀਂ ਬੈਠੇ ਉਹ ਬਿਲਕੁਲ ਸਾਨੂੰ ਇੱਜ਼ਤ ਦੀ ਨਿਗਾਹ ਨਾਲ ਨਹੀਂ ਦੇਖਦੇ, ਉਹ ਪਾਣੀ ਮੰਗਾਉਂਦੇ ਨੇ ਸਾਡੇ ਕੋਲ, ਇੰਨਾ ਪਾਣੀ ਮੰਗਾਉਂਦੇ, ਇੰਨਾ ਪਾਣੀ, ਸਰਦੀਆਂ ਦੇ ਵਿੱਚ ਇੰਨਾ ਪਾਣੀ ਮੰਗਾਉਣ ਦੀ ਕਿਹੜੀ ਲੋੜ ਆ, ਅਤੇ ਜਿੰਨਾ ਪਾਣੀ ਮੰਗਾਉਂਦੇ ਉਨਾ ਫਿਰ ਰੌਲਾ ਪਾਉਂਦੇ ਕਿ ਗੱਡੀ ਰੋਕੋ, ਗੱਡੀ ਰੋਕੋ, ਅਸੀਂ ਕਿ ਨਹੀਂ ਨਹੀਂ ਪੀਓ ਪਾਣੀ ਤੁਸੀਂ, ਅਸੀਂ ਨਹੀਂ ਰੋਕਣੀ ਗੱਡੀ, ਸਟਾਪ ਤੇ ਜਾ ਕੇ ਰੋਕੀ। ਫਿਰ ਜਦੋਂ ਗੱਡੀ ਰੁਕਦੀ ਹੈ ਨਾ, ਤਾਂ ਨਾ ਪਾਣੀ ਮੰਗਦੇ ਆ ਅਤੇ ਨਾ ਚਾਹ ਮੰਗਦੇ ਆ, ਵਾਸ਼ਰੂਮ ਦਾ ਪਤਾ ਮੰਗਦੇ ਆ ਵੀ ਉਹ ਕਿੱਥੇ, ਛੱਡ ਛੱਡ ਜਾ ਕੇ ਚਾਹੁੰਦੇ, ਪਲੀਜ਼ ਪਲੀਜ਼ ਹਮੇ ਜਾਣੇ ਤੋ, ਪਲੀਜ਼ ਪਲੀਜ਼ ਜਾਣੇ। ਭਾਅ ਜੀ, ਤੁਸੀਂ ਤਾਂ ਪਸੈਂਜਰਾਂ ਦੇ ਐਕਸਪ੍ਰੈਸ਼ਨ ਤੱਕ ਜਾਂਦੇ ਹੋ। ਅੱਛਾ, ਜਿਹੜੇ ਡਰਾਈਵਰ ਤੁਹਾਡੇ ਨਾਲ ਲੰਬੇ ਸਫ਼ਰਾਂ 'ਤੇ ਜਾਂਦੇ ਨੇ, ਤੁਸੀਂ ਤਾਂ ਕਈ ਕਈ ਦਿਨ ਮਤਲਬ ਬੱਸਾਂ 'ਚ ਹੀ ਰਹਿੰਦੇ ਹੋ, ਇਹ ਡਰਾਈਵਰ ਤੁਹਾਡੇ ਨਾਲ ਕਿਵੇਂ ਤਾਵਨ ਕਰਦੇ? ਡਰਾਈਵਰ ਕੁਛ ਤਾਂ ਜਿਹੜੇ ਨੇ ਸਾਡੇ ਨਾਲ ਤਾਵਨ ਕਰਦੇ ਨੇ, ਕੁਛ ਸਾਡੇ ਨਾਲ ਤਾਵਨ ਨਹੀਂ ਕਰਦੇ। ਤੁਹਾਨੂੰ ਪਤਾ ਕਿ ਡਰਾਈਵਰ ਜਿਹੜੇ ਹਜ਼ਰਾਤ ਹੁੰਦੇ ਘਰੋਂ ਬਾਹਰੋਂ ਨਿਕਲੇ ਹੁੰਦੇ ਨੇ ਜ਼ਿਆਦਾਤਰ, ਅਤੇ ਆਪਣੇ ਦਿਲ ਫੈਂਕ ਕੇ ਵੀ ਪੜੇ ਹੁੰਦੇ ਨੇ, ਬੜਾ ਦਿਲ ਜਿਹੜਾ ਨਾ ਉਹਨਾਂ ਦਾ ਡਾਵਾਂ ਡੋਲ ਜਿਹਾ ਹੁੰਦਾ ਵਾ, ਅਤੇ ਅਕਸਰ ਜਿਹੜੇ ਡਰਾਈਵਰ ਨੇ ਨਾ ਉਹ ਬਹੁਤ ਜ਼ਿਆਦਾ ਮੇਰੇ 'ਤੇ ਟਿਕਟਕੀ ਲਾ ਕੇ ਨਾ, ਅਤੇ ਪਿੱਛੇ ਘੱਟ ਦੇਖਦੇ ਨੇ, ਅੱਗੇ ਘੱਟ ਦੇਖਦੇ ਨੇ, ਅਤੇ ਮੇਰੇ ਵੱਲ ਜ਼ਿਆਦਾ ਦੇਖਦੇ ਨੇ। ਇਸ ਤਰ੍ਹਾਂ ਦੇ ਭਾਅ ਜੀ ਕੋਈ ਐਕਸੀਡੈਂਟ ਹੋ ਸਕਦਾ, ਹਾਦਸਾ ਹੋ ਸਕਦਾ? ਹੋ ਸਕਦਾ ਹੈ, ਉਹ ਗੱਡੀ ਬਹੁਤ ਵੱਡੀ ਹੋ ਚ ਫਰਕ ਕਿਸੇ ਨੂੰ ਨਹੀਂ ਪੈਣਾ, ਨਾ ਕਿਸੇ ਨੂੰ ਫਰਕ ਪੈਣਾ। ਨਹੀਂ, ਫਰੈਂਡ ਤਾਂ ਤੁਸੀਂ ਹੁੰਦੇ, ਡਰਾਈਵਰ ਹੁੰਦਾ? ਨਹੀਂ, ਮੈਂ ਜਿਹੜੀ ਪਹਿਨਦੀ ਹਾਂ, ਮੈਨੂੰ ਪੂਰਾ ਪਤਾ ਵਾ, ਮੈਂ ਡੰਡੇ ਜਿਹੇ ਨਾ ਪੇਟੀ ਜੀ ਪਾਈ ਹੋਈ ਆ ਆਪਣੀ ਬੈਲਟ ਜਿਹੜਾ ਹੁੰਦਾ ਨਾ, ਹਾਂ ਮੈਂ ਉਹ ਤਿਆਤੀ ਤਦਾਬੀਰਾਂ ਲਾਈਆਂ, ਮੈਨੂੰ ਪਤਾ ਮੈਂ ਅੰਦਰ ਹੀ ਰਹਿਣਾ ਵਾ। ਯਾਨੀ ਕਿ ਜਿਹੜਾ ਡਰਾਈਵਰ ਇਹੋ ਜਿਹਾ ਹੋਵੇ ਉਹਦੇ ਨਾਲ ਤੁਸੀਂ ਅਲਰਟ ਸਫ਼ਰ ਕਰਦੇ? ਅਲਰਟ ਸਫ਼ਰ ਕਰਦੀ ਹਾਂ ਮੈਂ, ਕਮ ਸੇ ਕਮ ਕੋਈ ਚੀਜ਼ ਫੜ ਕੇ ਫਿਰਦੀ ਹਾਂ। ਅੱਛਾ, ਯਾਨੀ ਕਿ ਤੁਹਾਡੇ ਨਾਲ ਇੱਕ ਗਨਮੈਨ ਵੀ ਗੱਡੀ ਜਾਂਦਾ? ਠੀਕ, ਗਨਮੈਨ ਜਾਂਦਾ, ਤੇ ਉਹ ਗਨਮੈਨ ਦਾ ਰਵੱਈਆ ਤੁਹਾਡਾ ਕਿਹੋ ਜਿਹਾ? ਗਾਰਡ ਦਾ ਬੜਾ ਅੱਛਾ ਰਵੱਈਆ ਹੁੰਦਾ, ਉਹ ਤੇ ਯਕੀਨ ਕਰੋ ਕਿ ਮੈਨੂੰ ਗਨ ਫੜਾ ਕੇ ਨਾ ਤੇ ਆਪ ਸੌਂ ਜਾਂਦਾ ਹੁੰਦਾ। ਯਾਨੀ ਕਿ ਗਨ ਤੁਹਾਨੂੰ ਫੜਾ ਕੇ ਤੇ ਗਾਰਡ ਗੱਡੀ ਸੌਂ ਜਾਂਦਾ? ਹਾਂਜੀ, ਤੇ ਖੁਦਾ ਨਾ ਖਾਸਤਾ ਅਗਰ ਕੋਈ ਹਾਦਸਾ ਹੋ ਜਾਏ, ਕੋਈ ਡਾਕੂ ਚੜ ਜਾਣ, ਕੋਈ ਡਕੈਤ ਗੱਡੀ 'ਚ ਵੜ ਜਾਣ, ਤੇ ਫਿਰ ਕੀ ਕਰੋਗੇ? ਉਹਨੇ ਮੈਨੂੰ ਗਨ ਚਲਾਉਣੀ ਸਿਖਾਈ ਹੋਈ ਆ। ਤੁਸੀਂ ਗਨ ਚਲਾ ਲੈਂਦੇ? ਹਾਂ, ਗਨ ਚਲਾ ਲੈਂਦੀ ਹਾਂ, ਮੈਨੂੰ ਤੁਹਾਨੂੰ ਕਿਹਾ ਵੀ ਸ਼ਮੀਮ ਜਿੱਥੇ ਜ਼ਰੂਰਤ ਪਵੇ ਉੱਥੇ ਚਲਾ ਵੀ ਦੇਈਂ, ਕੋਈ ਗੱਲ ਨਹੀਂ। ਤੁਸੀਂ ਪਹਿਲੇ ਕਦੀ ਗਨ ਚਲਾਈ? ਨਹੀਂ, ਪਹਿਲੇ ਮੈਂ ਕਦੀ ਗੱਡੀ ਦੇ ਵਿੱਚ ਨਹੀਂ ਚਲਾਈ। ਹਾਂ, ਇੱਕ ਵਾਰੀ ਉਹ ਗਨ ਮੈਨ ਨਹੀਂ ਜਿਹੜਾ, ਉਹਦੀ ਮੈਂ ਸ਼ਾਦੀ 'ਤੇ ਗਈ ਸੀ, ਉਹਨੇ ਕਿਹਾ ਸ਼ਮੀਮ ਤੂੰ ਹੀ ਫਾਇਰ ਕੱਢਣੇ ਨੇ।
ਭਾਜੀ ਤੁਹਾਡੇ ਨਾਲ ਸਫ਼ਰ ਕਰਨ ਵਾਲੇ ਡਰਾਈਵਰ ਨੇ ਕਦੀ ਤੁਹਾਨੂੰ ਪ੍ਰਪੋਜ਼ ਕੀਤਾ ਹੋਵੇ? ਪ੍ਰਪੋਜ਼ ਕਰਦੇ ਨੇ ਜਦੋਂ ਥੋੜ੍ਹਾ ਜਿਹਾ ਸਫ਼ਰ ਦੇ ਵਿੱਚ ਥਕਾਵਟ ਜਿਹੀ ਹੁੰਦੀ ਨਾ ਤਾਂ ਫੌਰੀ ਫਿਰ ਸਾਨੂੰ ਪ੍ਰਪੋਜ਼ ਕਰਦੇ ਨੇ, ਲੇਕਿਨ ਮੈਂ ਕਦੇ ਦੀ ਪ੍ਰਪੋਜ਼ ਸਿਲੈਕਸ਼ਨ ਆਪਣੀ ਐਕਸੈਪਟ ਨਹੀਂ ਕੀਤੀ। ਤੁਸੀਂ ਪੜ੍ਹੇ ਲਿਖੇ ਸੋ, ਤੁਸੀਂ ਇਸੇ ਜੋਬ ਦਾ ਇੰਤਖਾਬ ਕਿਉਂ ਕੀਤਾ? ਇਹ ਮੈਨੂੰ ਐਕਚੁਅਲੀ ਜੋਬ ਕੋ ਹੋਰ ਮਿਲੀ ਨਹੀਂ, ਅਗਰ ਮੈਨੂੰ ਕੋ ਹੋਰ ਮਿਲ ਜਾਂਦੀ ਤਾਂ ਮੈਂ ਇਹ ਛੱਡ ਸਕਦੀ ਸਾਂ, ਲੇਕਿਨ ਮੈਨੂੰ ਹੁਣ ਇਹਦੇ 'ਚ ਮਜ਼ਾ ਆ ਰਿਹਾ। ਭਾਜੀ ਤੁਸੀਂ ਆਪਣਾ ਪੜ੍ਹੇ ਲਿਖੇ ਸੋ, ਆਪਣਾ ਬਿਊਟੀ ਪਾਰਲਰ ਖੋਲ ਲੈਂਦੇ, ਕਾਲ ਸੈਂਟਰ ਬਣਾ ਲੈਂਦੇ, ਤੁਸੀਂ ਕਿਉਂ ਸਫ਼ਰਾਂ 'ਚ ਪਏ ਹੋ? ਦੇਖੋ ਜੀ, ਮੈਂ ਸਫ਼ਰਾਂ ਦਾ ਥੱਕਿਆ ਮੈਂ ਕਿਉਂ ਨਹੀਂ ਜਗਾਇਆ, ਇਹ ਜਿਹੜਾ ਗਾਣਾ ਨਾ ਇਹ ਮੈਂ ਬਹੁਤ ਜ਼ਿਆਦਾ ਸੁਣਦੀ ਹੁੰਦੀ ਸੀ, ਅਤੇ ਬਸ ਉਹ ਮੇਰੇ ਨਾ ਇੱਕ ਜ਼ਿਹਨ ਦੇ ਵਿੱਚ ਤਸਵਰਾਤੀ ਸੀ। ਮੈਂ ਏਅਰ ਹੋਸਟਰ ਬਣਨ ਦਾ ਮੇਰੀ ਖੁਆਇਸ਼ ਸੀਗੀ, ਲੇਕਿਨ ਮੈਂ ਏਅਰ ਹੋਸਟਰ 'ਤੇ ਨਹੀਂ ਬਣ ਸਕੀ, ਲੇਕਿਨ ਇਹ ਮੈਂ ਜਿਹੜਾ ਸਫ਼ਰ ਕਰ ਰਹੀ ਹਾਂ, ਮੈਂ ਜ਼ਿਹਨੀ ਤੌਰ 'ਤੇ ਜਹਾਜ਼ ਦੇ ਵਿੱਚ ਹੀ ਹਾਂ। ਅੱਛਾ, ਯਾਨੀ ਕਿ ਤੁਸੀਂ ਏਅਰ ਹੋਸਟਸ ਬਣਨਾ ਚਾਹੁੰਦੇ ਸੋ, ਏਅਰ ਹੋਸਟਸ ਨਹੀਂ ਬਣ ਸਕੇ, ਤੁਸੀਂ ਬਸ ਹੋਸਟਸ? ਮੈਂ ਬਸ ਹੋਸਟਰ ਬਣ ਗਈ। ਓਫੋ ਭਾਜੀ, ਤੁਸੀਂ ਕੋਈ ਪੋਲਰ ਬਣਾ ਸਕਦੇ ਸੀ, ਕੋਈ ਕਾਲ ਸੈਂਟਰ ਬਣਾ ਸਕਦੇ ਸੋ? ਮੈਂ ਐਕਚੁਅਲੀ ਆਪਣਾ ਜਦੋਂ ਆਪਣੀ ਜੋਬ ਮੈਂ ਪੜ੍ਹਾਈ ਮੁਕੰਮਲ ਤਾਲੀਮ ਮੁਕੰਮਲ ਕੀਤੀ, ਉਸ ਤੋਂ ਬਾਅਦ ਮੈਂ ਨਾ ਇੱਕ ਨਜੂਮੀ ਸੀ ਸਾਡੇ ਯੂਨੀਵਰਸਿਟੀ ਦੇ ਬਾਹਰ, ਮੈਂ ਉਹਨਾਂ ਨੂੰ ਆਪਣਾ ਹੱਥ ਦਿਖਾਇਆ। ਉਹਨਾਂ ਨੇ ਹੱਥ ਦੇਖ ਕੇ ਮੇਰਾ ਉਹਨੂੰ ਕਿਹਾ ਕਿ ਬੇਟਾ ਤੂੰ ਜਿਹੜਾ ਮਰਜ਼ੀ ਕੰਮ ਕਰ ਲਾ, ਤੂੰ ਉਹ 'ਚ ਪੂਰੀ ਨਹੀਂ ਆ ਸਕਦੀ, ਕਿਉਂਕਿ ਤੇਰੇ ਪੈਰ ਦੇ ਵਿੱਚ, ਤੇਰੇ ਹੱਥ ਦੇ ਵਿੱਚ ਸਫ਼ਰ ਦੀ ਲਕੀਰ ਬਹੁਤ ਜ਼ਿਆਦਾ ਵੱਡੀ ਹੈ। ਬਸ ਉਹ ਮੇਰੇ ਜ਼ਿਹਨ ਦੇ ਵਿੱਚ ਇੱਕ ਚੀਜ਼ ਫਸ ਗਈ ਕਿ ਮੇਰੇ ਪੈਰ ਅਤੇ ਹੱਥ ਦੇ ਵਿੱਚ ਸਫ਼ਰ ਹੈ, ਅਤੇ ਮੈਂ ਜੇ ਪਾਰਲਰ ਬਣਾ ਵੀ ਲਿਆ, ਮੈਂ ਤਾਂ ਸਫ਼ਰਾਂ 'ਤੇ ਰਹਿਣੀ ਹੈ, ਤਾਂ ਪਿੱਛੋਂ ਤਾਂ ਲੁੱਟਮਾਰ ਸ਼ੁਰੂ ਕਰ ਦੇਣੀ ਇਹਨੂੰ। ਅਤੇ ਮੈਂ ਐਕਚੁਅਲੀ ਫਿਰ ਇਹ ਚੂਜ਼ ਕੀਤਾ ਕਿ ਮੈਂ ਕਿਹਾ ਮੈਂ ਬਸ ਏਅਰ ਹੋਸਟਰ ਬਣਾਂਗੀ। ਤੁਹਾਨੂੰ ਬਹੁਤ ਯਕੀਨ ਹੈ ਕਿ ਨਜੂਮੀ ਨੇ ਜੋ ਕਿਹਾ ਤੁਹਾਨੂੰ ਉਹ ਪਰਫੈਕਟ ਲੱਗਿਆ? ਹਾਂ, ਮੈਨੂੰ ਪਰਫੈਕਟ ਲੱਗਾ, ਕਿਉਂਕਿ ਮੈਂ ਜਦੋਂ ਕਾਲਜ ਪੜ੍ਹਨ ਵਾਸਤੇ ਜਾਂਦੀ ਸੀ ਮੈਂ ਰੋਜ਼ ਉਹਨੂੰ ਦੇਖ ਕੇ ਜਾਂਦੀ ਸੀ, ਕਿਉਂਕਿ ਜਿਹੜਾ ਮੈਂ 2 ਸਾਲ ਜਿਹਨੂੰ ਮੈਂ ਦੇਖਿਆ ਨਾ, ਜਿਹੜਾ ਇਹਦਾ ਮਤਲਬ ਬੰਦਾ ਗਲਤ ਨਹੀਂ, ਉਹ ਆਪਣਾ ਰੋਜ਼ ਆ ਰਿਹਾ ਕੰਮ 'ਤੇ, ਇਹਦਾ ਮਤਲਬ ਬੰਦਾ ਸਹੀ ਹੈ। ਮੈਂ ਕਹਿਣਾ ਚਾਹ ਰਿਹਾ ਭਾਜੀ, ਦੇਖੋ ਕਿੰਨੀ ਦੇਰ ਤੁਸੀਂ ਸਫ਼ਰਾਂ 'ਚ ਰਹੋ, ਤੁਹਾਨੂੰ ਇੱਕ ਜ਼ਿੰਦਗੀ ਦਾ ਸਾਥੀ ਮਿਲਣਾ ਚਾਹੀਦਾ, ਤੁਸੀਂ ਘਰ ਬਣਾ ਲਓ, ਆਪਣੇ ਘਰ ਦੀ ਚਾਰ ਦੀਵਾਰੀ 'ਚ ਰਹੋ, ਤੁਹਾਡੇ ਵਿੱਚ ਛੋਟੇ ਛੋਟੇ ਬੱਚੇ ਤੁਹਾਡੇ ਇਰਦ ਗਿਰਦ ਫਿਰਦੇ ਹੋਣ, ਇਹ ਸਾਰਾ ਕੁਝ ਹੋ ਜਾਣਾ। ਮੈਨੂੰ ਲੱਗਦਾ ਜਿੱਦਾਂ ਡਰਾਈਵਰ ਮੇਰੇ ਮਗਰ ਚੜ੍ਹੇ ਨੇ ਨਾ, ਅਤੇ ਇਹਨਾਂ ਨੇ ਮੇਰੇ ਨਾਲ ਕੁਛ ਸ਼ਾਦੀ ਵਗੈਰਾ ਕਰ ਲੈਣੀ ਹੈ। ਨਹੀਂ, ਡਰਾਈਵਰ ਕਿਸ ਦਾ ਨਾਂ ਲੈਣਾ ਚਾਹੋਗੇ? ਨਹੀਂ, ਡਰਾਈਵਰ ਜਿਹੜਾ ਨਾ, ਮੈਂ ਸ਼ਮਸ਼ਾਦ ਜਿਹੜਾ ਡਰਾਈਵਰ ਹੈ ਨਾ, ਮੈਂ ਉਹਦਾ ਨਾਂ ਨਹੀਂ ਲੈਣਾ ਚਾਹੁੰਦੀ। ਸ਼ਮਸ਼ਾਦ ਨੇ ਮੈਨੂੰ ਕਿਹਾ ਕਿ ਮੈਂ ਤੈਨੂੰ ਇਹਨਾਂ ਗੱਡੀਆਂ ਦਾ ਮਾਲਕ ਬਣਾ। ਤੂੰ ਹੋਰ ਤੁਹਾਨੂੰ ਕੀ ਚਾਹੀਦਾ, ਤੁਹਾਨੂੰ ਗੱਡੀਆਂ ਦਾ ਮਾਲਕ ਬਣਾ ਰਹੇ? ਮੈਂ ਉਹਨੂੰ ਕਿਹਾ ਕਿ ਮੇਰੇ ਮਾਲਕ ਬਣਾ ਦਿਓ, ਕਹਿੰਦਾ ਬਸ ਠੀਕ ਹੈ, ਅੱਜ ਤੋਂ ਬਾਅਦ ਇਸ ਗੱਡੀਆਂ ਦੀ ਤੂੰ ਮਾਲਕ ਹੈ। ਵਾਹ, ਅਤੇ ਐਡਾ ਦਲੇਰ ਬੰਦਾ ਕੋਈ ਲੱਭ ਸਕਦਾ ਤੁਹਾਨੂੰ ਜਿਹਨੇ ਤੁਹਾਨੂੰ ਗੱਡੀਆਂ ਦੀ ਮਾਲਕ ਹੀ ਬਣਾਤਾ? ਬਸ 2 ਦਿਨ ਬਾਅਦ ਗੱਡੀ ਵੱਜ ਗਈ, ਗੱਡੀ ਦਾ ਇੰਨਾ ਕੰਮ ਨਿਕਲਿਆ, ਕਹਿੰਦਾ ਲੈ ਤੂੰ ਮਾਲਕ ਆ, ਹੁਣ ਤੂੰ ਹੀ ਇਹਨਾਂ ਦਾ ਕੰਮ ਕਰਾਉਣਾ। ਅੱਜ ਦਿਨ ਵਰਕਸ਼ਾਪ ਦੇ ਵਿੱਚ ਗੱਡੀ ਦਾ ਕੰਮ ਮੈਂ ਕਰਾਇਆ। ਅੱਛਾ, ਤੂੰ ਮਿਸਤਰੀ ਨੇ ਏਡਾ ਸੋਹਣਾ ਕੰਮ ਕੀਤਾ, ਮੇਰੇ ਸ਼ਮਸ਼ਾਦ ਜ਼ਿਹਨ 'ਚੋਂ ਨਿਕਲ ਗਿਆ। ਇੰਨੀ ਸਪੀਡ ਨਾਲ ਮੈਂ ਜਿੱਦਾਂ ਕਹਾਂ ਨਾ ਕਿ ਇਹ ਗੱਡੀ ਨੂੰ ਹੁਣ ਇਸ ਟਾਈਮ ਬੰਪਰੇ ਦਾ ਬਾਹਰ ਕੱਢ, ਅਤੇ ਫੌਰੀ ਕੱਢੇ ਬੰਪਰ ਬਾਹਰ। ਹਾਂ, ਬਸ ਉਹਨੇ ਮੈਨੂੰ ਬਿਲਕੁਲ ਹੀ, ਉਹਨੇ ਮੈਨੂੰ ਮਹਿਸੂਸ ਨਹੀਂ ਹੋਣ ਦਿੱਤਾ ਕਿ ਗੱਡੀ ਵੱਜੀ ਸੀ, ਐਡੀ ਸਾਫ਼ ਸੁਥਰੀ ਉਹਦੇ ਹੱਥ ਦੀ ਸਫਾਈ ਦੇਖ ਕੇ ਮੈਂ ਰਹਿ ਗਈ ਉਹਦੇ 'ਤੇ। ਮੈਂ ਸ਼ਮਸ਼ਾਦ ਨੂੰ ਕਿਹਾ ਮੈਂ ਨਹੀਂ ਹੁਣ ਕਿਤੇ ਪਾਸੇ ਜਾਣਾ, ਸ਼ਮਸ਼ਾਦ ਹੈ ਬੰਦਾ, ਮੈਨੂੰ ਬੜਾ ਅੱਛਾ ਲੱਗਾ। ਯਾਨੀ ਕਿ ਸ਼ਮਸ਼ਾਦ ਸਾਹਿਬ ਆਊਟ ਔਰ ਮਿਸਤਰੀ ਇਨ? ਹਾਂਜੀ, ਮਿਸਤਰੀ ਇਨ ਹੋ ਗਿਆ, ਕਿਉਂਕਿ ਮੈਂ ਗੱਡੀਆਂ ਦੀ ਮਾਲਕ ਬਣਨਾ ਚਾਹੁੰਦੀ ਸੀ। ਉਹਨੇ ਜਿੰਨੀਆਂ ਵੀ ਉਹਦੇ ਕੋਲ ਟੁੱਟੀਆਂ ਭੱਜੀਆਂ ਗੱਡੀਆਂ ਸਾਰੀਆਂ ਦੋਨੋਂ ਕਿ ਤੂੰ ਮਾਲਕ ਆ, ਤੂੰ ਦੂਰ ਕਰਕੇ ਤੂੰ ਮਾਲਕ। ਭਾਜੀ, ਤੁਸੀਂ ਕੋਈ ਪੈਗਾਮ ਦੇਣਾ ਚਾਹੋਗੇ ਉਹਨਾਂ ਪੈਸੇਂਜਰਾਂ ਨੂੰ ਜਿਹੜੇ ਤੁਹਾਡੇ ਨਾਲ ਬਦਤਮੀਜ਼ੀ ਕਰਦੇ ਨੇ ਜਾਂ ਤੁਹਾਡਾ ਇਹਤਰਾਮ ਨਹੀਂ ਕਰਦੇ, ਉਹਨਾਂ ਨੂੰ ਕੁਛ ਕਹਿਣਾ ਚਾਹੋਗੇ? ਪੈਸੇਂਜਰ ਹਜ਼ਰਾਤ ਜਿਹੜੇ ਵੀ ਸਫ਼ਰ ਕਰਦੇ ਨੇ, ਸਫ਼ਰ ਦੇ ਵਿੱਚ ਬਿਲਕੁਲ ਡਰ ਕੇ ਸਫ਼ਰ ਕਰਨਾ ਚਾਹੀਦਾ, ਲੇਕਿਨ ਜਿੱਦਾਂ ਤੁਸੀਂ ਖੁੱਲ੍ਹ ਡੁੱਲ ਕੇ ਸਫ਼ਰ ਕਰਦੇ ਹੋ, ਮੇਰਾ ਦਿਲ ਡਰ ਜਾਂਦਾ ਕਿ ਪਤਾ ਨਹੀਂ ਕੋਈ ਖਾ ਪੀ ਕੇ ਆਏ ਨੇ ਘਰੋਂ। ਅਤੇ ਪਲੀਜ਼, ਜਿਹੜੀ ਏਅਰ ਹੋਸਟਰਾਂ ਨੇ, ਇਹਨਾਂ ਨੂੰ ਤੁਸੀਂ ਆਪਣੇ ਇਨਸਾਨ ਨੇ, ਇਹ ਵੀ ਪੂਰੀਆਂ ਖਵਾਤੀਨ ਨੇ, ਖਵਾਤੀਨ ਦੀ ਇੱਜ਼ਤ ਕਰਨਾ ਤੁਹਾਡਾ ਹੱਕ ਬਣਦਾ ਹੈ। ਪਿਛਾ ਕੇ ਸਫ਼ਰ ਹੈ, ਭਾਵੇਂ ਕਿਤੇ ਖਲੋਤੇ ਹੋ, ਜਿੱਥੇ ਵੀ ਤੁਹਾਨੂੰ ਖਵਾਤੀਨ ਟੱਕਰ ਜੇ, ਉਹਦੀ ਇੱਜ਼ਤ ਕਰੋ, ਉਹਦਾ ਇਹਤਰਾਮ ਕਰੋ। ਸਫ਼ਰ ਅਤੇ ਮੌਤ ਦਾ ਕੋਈ ਪਤਾ ਨਹੀਂ ਹੁੰਦਾ, ਹਜ਼ਾਰ ਸਫ਼ਰ ਅੱਲਾ ਸਭ ਨੂੰ ਆਪਣੇ ਹਿਫਜ਼ੋ ਮਾਂ 'ਚ ਰੱਖੇਗਾ, ਲੇਕਿਨ ਕੋਈ ਹਾਸਾ ਵੀ ਹੋ ਸਕਦਾ। ਅਤੇ ਪਲੀਜ਼, ਜਿਹੜੇ ਪੈਸੇਂਜਰ ਨੇ, ਉਹ ਸਾਨੂੰ ਕਦੀ ਵੀ ਨਾ ਬੁਲਾ ਕੇ ਕਹਿਣਾ ਆਪਣੇ ਕੰਨ ਦੇ ਵਿੱਚ, ਤੂੰ ਬੁਲਾ ਕਹਿੰਦੇ ਨੇ ਨਾ ਗਾਣਾ ਲਾਓ ਨਰਗਸ ਦਾ, ਨੇੜੇ ਆ ਆ ਆ ਜ਼ਾਲਿਮਾ ਵੇ। ਨਾਜ਼ਰੀਨ, ਮੈਨੂੰ ਇਜਾਜ਼ਤ ਦਿਓ ਕਿ ਇਸ ਤੋਂ ਪਹਿਲੇ ਕਿ ਆਪਣਾ ਨਰਗਸ ਬੇਗਮ ਦੇ ਹੋਰ ਇਹਨਾਂ ਨੂੰ ਕੋਈ ਗਾਣੇ ਯਾਦ ਆ ਜਾਣ ਅਤੇ ਇੱਥੇ ਖਲਾਰਾ ਜਿਹਾ ਪੈ ਜਾਏ, ਇਨਸ਼ਾਅੱਲਾ ਫਿਰ ਮੁਲਾਕਾਤ ਹੋਏਗੀ। ਸਬਸਕ੍ਰਾਈਬ ਕਰਦੇ ਰਹਿਣਾ ਔਰ ਵੇਖਦੇ ਰਹਿਣਾ ਸਰਦਾਰ ਕਮਾਲ ਆਫੀਸ਼ੀਅਲ ਚੈਨਲ। ਬਾਜੀ ਬਾਜੀ ਬਸ ਕਰੋ ਬਾਜੀ, ਬਾਜੀ ਓਏ ਪਾਣੀ ਪਾਓ ਬਾਜੀ, ਤੇ ਥੋੜ੍ਹਾ ਜਿਹਾ।